ਨਮਸਕਾਰ ਦੋਸਤੋ ਮੈਂ ਹਾਥੜੋ ਦੋਸਤੋ ਮੈਨੂੰ ਮੋੜ ਤੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਬਾਡਪੈਂਡੈਂਟ ਦੇ ਐਗਜ਼ਾਮ ਦੇ ਰਿਗਾਰਡਿੰਗ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਹੈ ਤੇ ਰਿਲੀਜ਼ ਕੀਤਾ ਹੈ ਨਾ ਨੇ ਦੇਖ ਸਕਦੇ ਹੋ ਤੁਸੀਂ 15 12 2021 ਦਾ ਨੋਟੀਫਿਕੇਸ਼ਨ ਹੈ ਤੇ ਇਸ ਵਿੱਚ ਕੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਸ਼ਡਿਊਲ ਆਫ ਬਾਡ اٹੈਂਡੈਂਟ ਫੋਰ ਈਐਸ ਈਐਸਐਮ ਕੈਂਡੀਡੇਟ ਜਿਹੜੇ ਐਕਸ ਸਰਵਿਸਮੈਨ ਕੈਂਡੀਡੇਟ ਉਹਨਾਂ ਵਾਸਤੇ ਨਵੀਂ ਲਿਸਟਾਂ ਉਹਨਾਂ ਨੇ ਜਾਰੀ ਕੀਤੀਆਂ ਉਹਨਾਂ ਵਾਸਤੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਇਹਨਾਂ ਨੂੰ ਸੱਦਾ ਗਿਆ ਹੈ ਤੇ ਇੱਥੇ ਕਦੋਂ ਜਾਣਾ ਆਪਾਂ 20 12 2021 ਨੂੰ ਜਾਣਾ ਤੇ 1 एएम सॉरी 1 पीएम ਵਜੇ ਪਹੁੰਚਣਾ ਤੇ ਇੱਥੇ ਨੰਬਰ ਵਾਈਜ਼ ਤੁਸੀਂ ਦੇਖ ਸਕਦੇ 47 ਤੋਂ 46 48 ਤੋਂ 44 ਤੇ ਬਾਕੀ ਇਸੇ ਦੀ ਡਿਟੇਲ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰ ਲਓ ਇਸ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਣਾ ਤੇ ਇਸ ਤੋਂ ਇਲਾਵਾ ਇੱਕ ਨੋਟੀਫਿਕੇਸ਼ਨ ਕੱਲ ਰਿਲੀਜ਼ ਕੀਤਾ ਸੀ ਇਹਨਾਂ ਨੇ 14 12 2021 ਦਾ ਤੇ ਇਸ ਵਿੱਚ ਕੀ ਹੈ ਇਹਨਾਂ ਨੇ ਦੋਸਤ ਜਿਹੜੇ ਵੀ ਮਤਲਬ ਐਕਸਪੀਰੀਅੰਸ ਕੈਂਡੀਡੇਟ ਨੇ ਉਹਨਾਂ ਦੀ ਅਲੱਗ ਲਿਸਟ ਜਾਰੀ ਕੀਤੀ ਹੈ ਤੇ ਅਲੱਗ ਕਟੋ ਇਹਨਾਂ ਨੇ ਜਾਰੀ ਕੀਤੀ ਆ ਤਾਂ ਇਨਸਟਰਕਸ਼ਨ ਮੈਂ 올ਰੀਡੀ ਪਹਿਲੇ ਵੀਡੀਓ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਜੇ ਨਹੀਂ ਦੇਖੀ ਤਾਂ ਵੀਡੀਓ ਦੇ ਐਂਡ ਸਕਰੀਨ ਵਿੱਚ ਤੁਹਾਨੂੰ ਉਸ ਵੀਡੀਓ ਦਾ ਲਿੰਕ ਮਿਲ ਜਾਊਗਾ ਇੱਕ ਵਾਰੀ ਜਾ ਕੇ ਵਿਜ਼ਿਟ ਥਰੂ ਕਰ ਲਿਓ